ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਤੋਂ ਖਬਰ ਆ ਰਹੀ ਜਿ ਵਿਆਹ ਤੋਂ ਵਾਪਸ ਆਉਂਦਿਆਂ ਵਾਪਰਿਆ ਇਸ ਤਰ੍ਹਾਂ ਭਿਆਨਕ ਹਾਦਸਾ ਤਾਜ਼ਾ ਵੱਡੀ ਖਬਰ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਵੱਡੀ ਘਟਨਾ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹੁਣ ਪੰਜਾਬ ਵਿੱਚ ਜਿੱਥੇ ਵਿਆਹ ਤੋਂ ਵਾਪਸ ਆਉਂਦੇ ਸਮੇਂ ਭਿਆਨਕ ਸ਼ਾੜਕ ਹਾਰਸਾ ਵਾਪਰਨ ਦੀ ਖਬਰ ਸਾਹਮਣੇ ਆਈ ਅਤੇ ਪ੍ਰਾਪਤ ਹੋਰੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਬਹਿਰਾਮ ਮਹਿਲਪੁਰ ਮੋਖੇ ਸੜਕ ਦੇ ਉੱਪਰ ਪਿੰਡ ਕੂਟਲਾ ਦੇ ਨੇੜੇ ਵਾਪਰੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਵਿਅਕਤੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਕੋਟਪਤੂਹੀ ਤੋਂ ਬਹਿਰਾਮ ਵੱਲ ਨੂੰ ਆ ਰਿਹਾ ਸੀ ਤਾਂ ਉਸ ਸਮੇਂ ਤੇਜ਼ ਰਫ਼ਤਾਰ ਹੋਣ ਕਾਰਨ ਉਸ ਦਾ ਟਰਾਲਾ ਪਿੰਡ ਕੂਟਲਾ ਦੇ ਨੇੜੇ ਪਹੁੰਚਣ ਤੇ ਕਿਸੇ ਬਾਣ ਦੇ ਨਾਲ ਟਕਰਾ ਗਿਆ ਤੇ ਜਿਸ ਦੇ ਕਾਰਨ ਉਹ ਆਪਣਾ ਸੰਤੁਲਨ ਗਵਾ ਬੈਠਾ ਤੇ ਇਸ ਦੌਰਾਨ ਟਰਾਲਾ ਮੁੱਖ ਸੜਕ ਤੋਂ ਹੇਠਾਂ ਕਣਕ ਦੇ ਖੇਤਾਂ ਵਿੱਚ ਪਾਲਟ ਗਿਆ ਤੇ ਇਸ ਘਟਨਾ ਦੇ ਵਿੱਚ ਉਪਰਾਲੇ ਦਾ ਅਗਲਾ ਸੀਸਾ ਟੁੱਟ ਗਿਆ ਤੇ ਇਹ ਤੋਂ ਬਾਅਦ ਇਸ ਕਾਰਨ ਟਰਾਲਾ ਚਾਲਕ ਦਾ ਬਚਾਅ ਹੋ ਗਿਆ ਤੇ ਇਹ ਘਟਨਾ ਅੱਜ 5:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਤੇ ਅੱਜ ਦੇ ਦਿਨ ਹੀ ਘਟਨਾ ਲਗਾਤਾਰ ਸੜਕੀ ਹਾਸੇ ਵਾਪਰੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ